ਡੱਡੀਆਂ ਵਾਲੇ ਦੇ ਜਾਗੋਵਾਲ ਦੀਵਾਨ ਦਾ ਵਿਰੋਧ ਕਰਨਾ ਪਿੰਡ ਕੋਟਦੋਨਾ ਮਾਨਸਾ ਵਿਖੇ ਦਮਦਮੀ ਟਕਸਾਲ ਅਤੇ ਸਿੱਖ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਮੈਮੋਰੈਂਡਮ ਦੇਣ ਤੋਂ ਬਾਅਦ ਗ੍ਰਿਫਤਾਰੀ ਦਿੱਤੀ ਗਈ। ਪ੍ਰੋਫੈਸਰ ਸਰਚਾਨ ਸਿੰਘ ਜੀ ਵੱਲੋਂ 100 ਸਫ਼ੇ ਦਾ ਗੁਰਮਤ ਵਿਰੋਧੀ ਪ੍ਰਚਾਰ ਦਾ ਕੱਚਾ ਚਿੱਠਾ ਭਾਈ ਅਮਰੀਕ ਸਿੰਘ ਜੀ ਨੂੰ ਸੌਂਪਿਆ ਗਿਆ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।